ਸੰਗਤ ਜੀ, SHSG ਕੇਅਰ ਸੈਂਟਰ ਪਿੰਡ ਮਦਨਹੇੜੀ ਜ਼ਿਲ੍ਹਾ ਮੋਹਾਲੀ ਵਿੱਚ ਖੜ੍ਹੇ ਹਾਂ, ਜਿੱਥੇ ਟੋਟਲੀ ਫ੍ਰੀ ਆਫ ਕੋਸਟ ਨਿਸ਼ੁਲਕ ਸੇਵਾ ਸੰਗਤ ਦੇ ਸਹਿਯੋਗ ਦੇ ਨਾਲ ਚੱਲਦੀ ਹੈ, ਉਸ ਅਕਾਲ ਪੁਰਖ ਦੀ ਭੈ ਭਾਵੜੀ ਦੇ ਵਿੱਚ ਰਹਿ ਕੇ ਚੱਲਦੀ ਹੈ। ਤੁਹਾਡੇ ਤੋਂ ਗੁਜ਼ਾਰਿਸ਼ ਕਰਦੇ ਹਾਂ, ਕਿਉਂਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਸੇਵਾ ਹੈ। ਅਮਨਦੀਪ ਭੈਣ ਬਰਨਾਲੇ ਤੋਂ ਬਿਲੋਂਗ ਕਰਦੀ ਹੈ, ਭੈਣ ਨੂੰ 6-6.5 ਸਾਲ ਪਹਿਲਾਂ ਸੱਟ ਵੱਜੀ ਸੀ, ਜਿਸ ਦੇ ਕਰਕੇ ਉਹਦਾ ਛਾਤੀ ਉਹ ਥੱਲੇ ਸਾਰਾ ਸਰੀਰ ਦਾ ਹਿੱਸਾ ਖੜ ਗਿਆ ਸੀਗਾ। ਭੈਣ ਸਾਡੇ ਨਾਲ ਹੈ ਔਰ ਪਹਿਲਾਂ ਬੈੱਡ ਸੋਰਸ ਦੇ ਵਿੱਚ ਆਈ ਸੀ, ਬਟ ਹੁਣ ਕਾਫੀ ਜ਼ਿਆਦਾ ਰਿਕਵਰੀ ਕਰ ਚੁੱਕੀ ਹੈ, ਬੈੱਡ ਸੋਰਸ ਤੋਂ ਲੈ ਕੇ ਹੁਣ ਇੰਡੀਪੈਂਡੈਂਟ ਹੋ ਚੁੱਕੀ ਹੈ। ਬਹੁਤ ਸਾਰੀ ਭੈਣਾਂ, ਬਹੁਤ ਸਾਰੇ ਵੀਰ ਲਗਾਤਾਰ ਵੀਡੀਓ ਦੇਖਦੇ ਹੈ, ਮਲ ਮੂਤਰ ਤਿਆਗ ਬੈੱਡ 'ਤੇ ਕਰਦੇ ਆ ਜਾਂ ਫਿਰ ਕੋਈ ਕਰਵਾਉਂਦਾ ਹੁੰਦਾ, ਬੜੀ ਭਿਆਨਕ ਸਥਿਤੀ ਹੋ ਜਾਂਦੀ ਹੈ, ਜ਼ਖਮਾਂ 'ਚ ਪਏ ਹੁੰਦੇ ਆ, ਸਾਲੋ ਸਾਲ ਕਮਰਿਆਂ 'ਚ ਬੰਦ ਹੁੰਦੇ ਆ। ਇਹਨਾਂ ਤੱਕ ਵੀਡੀਓ ਤੁਸੀਂ ਸ਼ੇਅਰ ਕਰਕੇ ਪਹੁੰਚਾਉਂਦੇ, ਕਿਉਂਕਿ ਤੁਹਾਡੇ ਸ਼ੇਅਰ ਕੀਤੇ ਵੀਡੀਓ ਹੀ ਅਮਨ ਭੈਣ ਕੋਲ ਕਿਸੇ ਟਾਈਮ ਪਹੁੰਚੇ ਸੀਗੇ। ਅੱਜ ਭੈਣ ਇੰਡੀਪੈਂਡੈਂਟ ਹੈ, ਆਪਣੇ ਰੋਜ਼ਮਰਾ ਦੀ ਕਿਰਿਆ ਖੁਦ ਕਰਦੀ ਹੈ, ਔਰ ਮੈਂ ਦੇਖ ਪਾ ਰਿਹਾ ਸਟੈਂਡ ਵੀ ਕਰ ਰਹੀ ਹੈ ਭੈਣ, ਹੈ ਨਾ, ਬਹੁਤ ਹੀ ਵਧੀਆ। ਤਾਂ ਡਰ ਲੱਗ ਰਿਹਾ ਹੈ, ਡਰ ਲੱਗ ਰਿਹਾ ਗਿਰੋਗੇ? ਸੋਚਿਆ ਸੀ ਕਦੇ ਖੜੇ ਵੀ ਹੋ ਪਾਉਂਗੇ? ਸੋਚਿਆ ਸੀ ਕਦੇ? ਕਿਉਂਕਿ ਜ਼ਖਮੀ ਨਹੀਂ ਠੀਕ ਹੋ ਰਿਹਾ ਸੀ, ਐਵੇਂ ਲੱਗਦਾ ਜ਼ਖਮੀ 6 ਸਾਲ ਜ਼ਖਮੀ ਨਹੀਂ ਠੀਕ ਹੋਏ, 3 ਸਾਲ ਤੋਂ ਜ਼ਖਮੀ ਠੀਕ ਨਹੀਂ ਹੋ ਰਹੇ ਸੀ। ਪੈਸਾ ਲੱਗ ਗਿਆ ਬੇਅੰਤਰ, ਲੱਖਾਂ ਰੁਪਏ ਕਰਜ਼ੇ ਥੱਲੇ। ਇਹ ਇਕੱਲੇ ਅਮਨ ਭੈਣ ਦੀ ਕਹਾਣੀ ਨਹੀਂ ਹੈ, ਇਹ ਹਰੇਕ ਸਪਾਈਨਲ ਕੋਰਡ ਪੇਸ਼ੈਂਟ ਦੀ ਕਹਾਣੀ ਆ ਜਾਂਦੀ ਹੈ, ਹਰੇਕ ਸਪਾਈਨਲ ਕੋਰਡ ਦੀ। ਅੱਜ 7 ਸਾਲ ਹੋ ਗਏ, 6.5 ਸਾਲ, ਹਾਂਜੀ 6.5 ਸਾਲ, 6.5 ਸਾਲ ਬਾਅਦ ਅਮਨ ਭੈਣ ਖੜੀ ਹੋ ਕੇ ਦੇਖ ਰਹੀ ਹੈ, ਖੜੀ ਹੋ ਰਹੀ ਹੈ ਖੜੀ। ਅਸੀਂ ਜਦ ਤੋਂ ਜੰਮੇ ਹਾਂ ਨਾ, ਸਾਨੂੰ ਆਪਣੇ ਹੱਥਾਂ ਦੀ ਔਰ ਪੈਰਾਂ ਦੀ ਆਦਤ ਹੈ, ਅਚਾਨਕ ਇਹ ਚੱਲਣੇ ਬੰਦ ਹੋ ਜਾਣ, ਸੋਚੋ ਕਿਆ ਕਹਿਰ ਪੈ ਜਾਏਗਾ ਸਾਡੇ, ਕਿਆ ਕਹਿਰ ਪੈ ਜਾਏਗਾ। ਇਹ ਭੈਣ ਨੇਪਾਲ ਤੋਂ ਆਈ ਹੈ, ਕਿਸੇ ਉਮੀਦ ਦੇ ਵਿੱਚ ਆਈ ਹੈ ਕਿਸੇ, ਹੈ ਨਾ, ਬਟ ਭੈਣ ਦਾ ਇਹ ਹੈ ਜ਼ਰੂਰ ਕਿ ਇਹਨਾਂ ਦਾ ਲੈਵਲ ਆਫ ਇੰਜਰੀ ਬਹੁਤ ਘੱਟ ਹੈ, ਤੋ ਇਹਨਾਂ ਦੀ ਬਹੁਤ ਜ਼ਿਆਦਾ ਪੋਜ਼ਿਟਿਵ ਹੋਪਸ ਨੇ, ਇਹਨਾਂ ਦੇ ਚੱਲਣ ਦੀ ਜੋ ਸੰਭਾਵਨਾ ਹੈ ਬਹੁਤ ਜ਼ਿਆਦਾ ਹੈ। ਫਿਲਹਾਲ ਮੈਂ ਅਮਨ ਭੈਣ ਨੂੰ ਦੇਖ ਰਿਹਾ, ਸਟੈਂਡ ਕਰ ਰਹੇ ਨੇ, ਬਹੁਤ ਚੰਗੀ ਗੱਲ ਹੈ। ਡਰ ਲੱਗ ਰਿਹਾ? ਹਾਂਜੀ ਨਾ, ਹਰਸਿਮਰਨ ਨੇ ਇਹਨਾਂ ਦੀ ਸੁਪਰਵਿਜ਼ਨ ਦੇ ਵਿੱਚ ਸਾਰੀ ਸੇਵਾ ਸਹਿਯੋਗ ਫਿਜ਼ੀਓਥੈਰੇਪੀ ਦੀ ਚੱਲਦੀ ਹੈ। ਸਾਨੂੰ ਬੇਨਤੀਆਂ ਰਹਿੰਦੀਆਂ, ਸਾਡੇ ਨਾਲ ਜੁੜੇ ਰਹੋ, ਵੀਡੀਓ ਸ਼ੇਅਰ ਕਰਦੇ ਰਹੋ, ਬਹੁਤ ਜ਼ਿਆਦਾ ਇੰਪੋਰਟੈਂਟ ਸੇਵਾਵਾਂ ਚੱਲਦੀਆਂ ਨੇ, ਬਹੁਤ ਇੰਪੋਰਟੈਂਟ ਚੱਲਦੀਆਂ ਨੇ। ਆਪਣੇ ਵੀਡੀਓ ਸ਼ੇਅਰ